ਕਿਸਾਨ ਮੋਦੀਆ ਨੀਵੀਂ ਕਰਦਾਂਗੇ ਤੇਰੀ ਧੌਣ ਨੂੰ ਅਸੀਂ ਹੁੰਨੇ ਆ ਕਿਸਾਨ ਮੋਦੀਆ ਤੈਨੂੰ ਫਿਰਦੇ ਆ ਕੁਰਸੀ ਤੋਂ ਥੱਲੇ ਲਾਉਣ ਨੂੰ ਦੇਖੋ ਜੀ ਜਦੋਂ ਕੋਰੋਨਾ ਦੀ ਮਹਾਮਾਰੀ ਦੀ ਆੜ ਵਿੱਚ ਆ ਮੋਦੀ ਸਰਕਾਰ ਬਿੱਲ ਲਾਗੂ ਕਰ ਗਈ ਆਪਣੇ ਤੇ ਕਿਉਂਕਿ ਉਦੋਂ ਕਿਹੜੀ ਕਰੋਨਾ ਸੀ ਕੋਈ ਕਰੋਨਾ ਨਹੀਂ ਸੀ ਜਿਹੜਾ ਇਹ ਹਕੂਮਤ ਸਰਕਾਰ ਸੀ ਆਪਾਂ ਨੂੰ ਘਰਾਂ ਦੇ ਵਿੱਚ ਬੰਦ ਕਰਕੇ ਆ ਬਿੱਲ ਤਿਆਰ ਕਰ ਰਿਹਾ ਸੀ ਆਪਣੇ ਵਾਸਤੇ ਤਾਂ ਉਹਦੇ ਵਿੱਚ ਲੁੱਟ ਹੋਈ ਕਿਸਾਨ ਦੀ ਤੇ ਮਜ਼ਦੂਰ ਦੀ ਤਾਂ ਕਿਹੜੇ ਮਜ਼ਦੂਰ ਨੂੰ ਆ ਮੋਦੀ ਹਕੂਮਤ ਸਰਕਾਰ ਨੇ ਰਾਸ਼ਨ ਭੇਜਿਆ ਜਾਂ ਉਹਨਾਂ ਨੂੰ ਕੋਈ ਹੋਰ ਸਹਾਇਤਾ ਦਿੱਤੀ ਜੇ ਉਹਨਾਂ ਨੂੰ ਸਹਾਇਤਾ ਦਿੱਤੀ ਤਾਂ ਆਪਣੇ ਜਥੇਬੰਦੀਆਂ ਨੇ ਸਹਿਯੋਗਾਂ ਨਾਲ ਮਜ਼ਦੂਰਾਂ ਨੂੰ ਰਾਸ਼ਨ ਵੰਡੇ ਨੇ ਤਾਂ ਇਹ ਸਕੂਲ ਹਕੂਮਤ ਸਰਕਾਰ ਨੇ ਆਪਣੇ ਬੰਦ ਕਰੇ ਕੋਰੋਨਾ ਦੀ ਆੜ ਦੇ ਵਿੱਚ ਕਿਉਂਕਿ ਹਕੂਮਤ ਸਰਕਾਰ ਚਾਹੁੰਦੀ ਸੀ ਕਿ ਆ ਕਿਸਾਨਾਂ ਦੇ ਬੱਚੇ ਪੜ੍ਹ ਨਾ ਸਕਣ ਜੇ ਪੜ੍ਹ ਲਿਖ ਗਏ ਤਾਂ ਇਹ ਬਾਜ ਬੁਲੰਦ ਕਰਨਗੇ ਸਰਕਾਰਾਂ ਦੇ ਖਿਲਾਫ ਇਸੇ ਕਰਕੇ ਇਹ ਹਕੂਮਤ ਸਰਕਾਰ ਚਾਹੁੰਦੀ ਹੈ ਕਿ ਇਹ ਦੇਸ਼ ਤਰੱਕੀ ਨਾ ਕਰੇ ਤਾਂ ਇਹ ਨਵੀਆਂ ਨਵੀਆਂ ਢਾਲ ਲਾਉਂਦੀ ਹੈ ਆਪਣੇ ਕੋਲ ਨੂੰ ਕਿਉਂਕਿ ਕਦੇ ਤਾਂ ਇਹ ਹਰਿਆਣੇ ਵਾਲਿਆਂ ਨੂੰ ਕਹਿੰਦੀ ਹੈ ਕਿ ਤੁਸੀਂ ਕਿਸਾਨਾਂ ਨਾਲ ਪੰਜਾਬ ਨਾਲ ਕਿਉਂ ਫੜਿਓ ਸੋਨੂੰ ਤਾਂ ਪੰਜਾਬ ਪਾਣੀ ਨਹੀਂ ਦੇ ਰਿਹਾ ਤਾਂ ਹਰਿਆਣੇ ਵਾਲੇ ਵੀਰਾਂ ਨੇ ਬਹੁਤ ਜ਼ਿਆਦਾ ਸੋਹਣਾ ਜਵਾਬ ਦਿੱਤਾ ਹੈ ਕਿ ਜੇ ਸਾਡੀ ਜ਼ਮੀਨ ਬਚਣੀ ਹੈ ਸਾਡੀ ਕਿਸਾਨੀ ਬਚਣੀ ਹੈ ਪਾਣੀ ਵੀ ਸਾਡੇ ਫੇਰ ਕੰਮ ਆਉਣਾ ਪਹਿਲਾਂ ਅਸੀਂ ਆਪਦੀ ਰੋਟੀ ਬਚਾ ਲਈਏ ਆਪਦੀ ਕਿਸਾਨੀ ਬਚਾ ਲਈਏ ਪਾਣੀ ਵਾਲੇ ਮਸਲੇ ਅਸੀਂ ਫੇਰ ਸਮਝ ਲਾਂਗੇ ਇਸੇ ਗੱਲਾਂ ਨਾਲ ਸਰਕਾਰ ਬਹੁਤ ਚਾਲਾਂ ਚੱਲਦੀ ਆਈ ਹੈ ਕਦੇ ਕਹਿੰਦੀ ਹੈ ਕਿ ਔਰਤ ਦਾ ਇਸ ਕੋਲ ਦੇ ਵਿੱਚ ਕੀ ਕੰਮ ਹੈ ਬਜ਼ੁਰਗਾਂ ਨੂੰ ਘਰੇ ਤੋਰਿਆ ਜਾਵੇ ਬੱਚਿਆਂ ਨੂੰ ਘਰੇ ਤੋਰਿਆ ਜਾਵੇ ਕਿਉਂਕਿ ਸਰਕਾਰ ਨੂੰ ਤਰੇਲੀਆਂ ਆਈਆਂ ਹੋਈਆਂ ਨੇ ਆਪਣੇ ਇਕੱਠ ਦੇਖ ਕੇ ਆਪਣੇ ਏਕੇ ਦੇਖ ਕੇ ਤਾਂ ਭਰਾਵੋ ਅੱਗੇ ਹਾੜੀ ਦਾ ਸੀਜ਼ਨ ਆ ਰਿਹਾ ਇਹਦੇ ਵਿੱਚ ਭੈਣਾਂ ਨੂੰ ਬਹੁਤ ਵੱਡਾ ਹੰਭਲਾ ਮਾਰਨਾ ਪੈਣਾ ਕਿਉਂਕਿ ਵੀਰਾਂ ਨੇ ਤਾਂ ਫਸਲ ਦੀ ਕਟਾਈ ਕਰਨੀ ਹੈ ਤੇ ਸੰਭਾਈ ਵੀ ਕਰਨੀ ਹੈ ਤਾਂ ਮੇਰੀਆਂ ਮਾਵਾਂ ਤੇ ਭੈਣਾਂ ਨੂੰ ਬਹਾਦਰ ਬਣਨਾ ਪੈਣਾ ਇਸ ਕੋਰ ਦੇ ਵਿੱਚ ਡਟਣ ਦੀ ਲੋੜ ਹੈ ਕਿਉਂਕਿ ਅੱਧੀਆਂ ਭੈਣਾਂ ਇਹ ਗੱਲ ਕਹਿੰਦੀਆਂ ਹੁੰਦੀਆਂ ਨੇ ਕਿਉਂਕਿ ਮੈਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ 'ਚ ਗਈਆਂ ਮੀਟਿੰਗਾਂ ਕਰਾਈਆਂ ਨੇ ਕਿ ਸਾਡੇ ਤਾਂ ਘਰੇ ਨਹੀਂ ਸਰਦਾ ਮੈਂ ਤਾਂ 2 ਦਿਨ ਤੋਂ ਵੱਧ ਲਾ ਨਹੀਂ ਸਕਦੀ ਤਾਂ ਜੇ ਤੁਸੀਂ ਮੇਰੇ ਕਣੀ ਦੇ ਬਹੁਤ ਸਾਰੀਆਂ ਭੈਣਾਂ ਦੇ ਵਿੱਚ ਬੋਲਣ ਦੀ ਤਾਂ ਹਿੰਮਤ ਹੈਗੀ ਹੈ ਪਰ ਬੋਲਦੀਆਂ ਨਹੀਂ ਸਮਾਜ ਤੋਂ ਡਰਦੀਆਂ ਕਿਉਂਕਿ ਇੱਥੇ ਡਰਨ ਦੀ ਕੋਈ ਲੋੜ ਨਹੀਂ ਭੈਣੋ ਇਹ ਆਪਣੇ ਹੱਕਾਂ ਦੀ ਰੋਟੀ ਹੈ ਆਪਣੇ ਧੀਆਂ ਪੁੱਤਾਂ ਦੀ ਲੜਾਈ ਹੈ ਦੇਖ ਕੇ 4 ਭੈਣਾਂ ਦੇ ਵਿੱਚ ਹੋਰ ਹੌਸਲਾ ਆਉਂਦਾ ਹੈ ਤਾਂ ਸਾਰੀਆਂ ਭੈਣਾਂ ਨੂੰ ਬਹਾਦਰ ਬਣਨਾ ਪੈਣਾ ਜੇ ਆਪਣੇ ਧੀਆਂ ਪੁੱਤਾਂ ਦੀ ਰੋਟੀ ਬਚਾਉਣੀ ਹੈ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਨੇ ਸਾਨੂੰ ਲਾਂਘਾ ਪਾਉਣੀਆਂ ਨੇ ਕਿ ਜਦੋਂ ਇਹ ਕੋਲ ਚੱਲਿਆ ਸੀ ਤੁਸੀਂ ਕਿੱਥੇ ਸੀ ਫਿਰ ਕੀ ਜਵਾਬ ਦੇਵੋਗੇ ਕਿ ਅਸੀਂ ਘਰਾਂ ਦੇ ਵਿੱਚ ਬੰਦ ਸੀ ਕਿਉਂਕਿ ਬਚਾ ਲਓ ਆਪਣੇ ਬੱਚਿਆਂ ਦੀ ਰੋਟੀ ਤੇ ਭਵਿੱਖ ਨਹੀਂ ਤਾਂ ਇਹ ਜ਼ਾਲਮ ਸਰਕਾਰਾਂ ਆਪਾਂ ਨੂੰ 70-72 ਸਾਲਾਂ ਤੋਂ ਲੁੜਦੀਆਂ ਆਈਆਂ ਨੇ ਤੇ ਲੁੜਦੀਆਂ ਹੀ ਰਹਿਣਾ ਜੇ ਆਪਣਾ ਨੂੰ ਸਾਥ ਦੇਣਾ ਤਾਂ ਆਪਣੀ ਜਥੇਬੰਦੀ ਨੇ ਦੇਣਾ ਆਪਣੇ ਝੰਡੇ ਨੇ ਦੇਣਾ ਆਪਾਂ ਨੂੰ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਪੈਣਾ ਹਜੇ ਮੈਥੋਂ ਪਹਿਲਾਂ ਹੋਰ ਵੀ ਬੁਲਾਰੇ ਦੱਸ ਕੇ ਗਏ ਹਜੇ ਇਹ ਕਾਨੂੰਨਾਂ ਨਾਲ ਨਹੀਂ ਸਰਨਾ ਪੈਣਾ ਕਿਉਂਕਿ ਜਿਹੜੇ ਚਿੱਪ ਵਾਲੇ ਮੀਟਰ ਆ ਰਹੇ ਨੇ ਉਹਦੇ ਵਿੱਚ ਸਭ ਤੋਂ ਵੱਡੀ ਮਾਰ ਆਪਾਂ ਨੂੰ ਇਹ ਹੋਣ ਵਾਲੀ ਹੈ ਕਿ ਜਿਹੜੀਆਂ ਭੈਣਾਂ ਮਸ਼ੀਨ ਦੇ ਵਿੱਚ ਕੱਪੜੇ ਪਾ ਕੇ ਹੋਰ ਕੰਮ ਕਰ ਲੈਂਦੀਆਂ ਨੇ ਤਾਂ ਭੈਣੋ ਉਹ ਨਹੀਂ ਕਰ ਸਕਦੀਆਂ ਕਿਉਂਕਿ ਜੇ ਤੁਹਾਡੀ ਚਿੱਪ ਦੇ ਵਿੱਚੋਂ ਪੈਸੇ ਰਾਤ ਨੂੰ 12 ਵਜੇ ਮੁੱਕ ਗਏ ਤਾਂ ਤੁਹਾਡੇ ਕਮਰੇ ਦੇ ਬਲਬ ਨੇ 12 ਵਜੇ ਬੰਦ ਹੋ ਜਾਣਾ ਫਿਰ ਤੁਸੀਂ ਉੱਠ ਕੇ ਬਲਬ ਨਹੀਂ ਜਗਾ ਸਕਦੀਆਂ ਕਿਉਂਕਿ ਪਹਿਲਾਂ ਪੈਸੇ ਪਵਾਉਣੇ ਪੈਣੇ ਨੇ ਫਿਰ ਜਾ ਕੇ ਤੁਸੀਂ ਆਪਦੇ ਕਮਰੇ ਦੀ ਲਾਈਟ ਜਗਾਉਂਗੀਆਂ ਤਾਂ ਇਹਦੇ ਵਿੱਚ ਬਹੁਤ ਵੱਡੀ ਲੁੱਟ ਕਿਸਾਨ ਤੇ ਮਜ਼ਦੂਰ ਦੀ ਹੋਣੀ ਹੈ ਕਿਉਂਕਿ ਪੈਸੇ ਤਾਂ ਆਪਾਂ ਤੋਂ ਮੋਬਾਈਲਾਂ ਦੇ ਵਿੱਚ ਨਹੀਂ ਪੂਰੇ ਹੁੰਦੇ ਜਿਹੜੀ ਆ ਹਕੂਮਤ ਸਰਕਾਰ ਨੇ
ਬੱਚਿਆਂ ਦੀ ਆਨਲਾਈਨ ਪੜ੍ਹਾਈ ਕਰਕੇ ਆਸਤੇ ਸਿਸਟਮ ਨੂੰ ਖਰਾਬ ਕੀਤਾ ਹੈਗਾ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਫੋਨ ਲੈ ਕੇ ਦੇਣੇ ਪੈ ਗਏ ਚਾਹੇ ਇੱਕ ਘਰ ਦੇ ਵਿੱਚ ਦੋ ਬੱਚੇ ਨੇ ਚਾਹੇ ਤਿੰਨ ਬੱਚੇ ਨੇ ਸਾਰਿਆਂ ਨੂੰ ਫੋਨ ਲੈ ਕੇ ਦੇਣਾ ਪਿਆ ਕਿਉਂਕਿ ਸਰਕਾਰ ਨੇ ਜਿਹੜੀ ਆ ਚਾਲ ਚੱਲੀ ਹੈ ਆਨਲਾਈਨ ਪੜ੍ਹਾਈ ਵਾਲੀ ਦੇਖੋ ਸਾਲ ਹੋ ਗਿਆ ਮਹਾਮਾਰੀ ਦਾ ਹਜੇ ਸਰਕਾਰ ਦੁਬਾਰੇ ਫੇਰ ਚਾਹੇ ਪੰਜਾਬ ਦੀ ਹੋਵੇ ਚਾਹੇ ਸੈਂਟਰ ਦੀ ਹੋਵੇ ਫੇਰ ਲੋਕਡਾਊਨ ਕਰਨ ਜਾ ਰਹੀ ਹੈ ਕਿਉਂਕਿ ਹੁਣ ਤੋਂ ਸੋਡੇ ਇਕੱਠ ਚਲੇ ਨਹੀਂ ਜਾਂਦੇ ਇਹ ਹਕੂਮਤ ਸਰਕਾਰ ਚਾਹੁੰਦੀ ਹੈ ਕਿ ਇਹਨਾਂ ਦਾ ਘੋਲ ਕਿਸੇ ਤਰ੍ਹਾਂ ਖਦੇੜਿਆ ਜਾਵੇ ਤਾਂ ਭੈਣੋ ਤੇ ਭਰਾਵੋ ਸਾਨੂੰ ਇਹੀ ਬੇਨਤੀਆਂ ਕਰਦਿਆਂ ਕਿ ਜੇ ਤੁਸੀਂ ਨੇ ਇਹ ਘੋਲ ਜਿੱਤਣਾ ਹੈ ਲੜਾਈ ਜਿੱਤਣੀ ਹੈ ਕਿਉਂਕਿ ਲੜਾਈ ਲੰਬੀ ਹੈ ਜਿਹੜਾ ਮੱਥਾ ਹੈ ਆਪਣਾ ਸੈਂਟਰ ਸਰਕਾਰ ਨਾਲ ਲੱਗਿਆ ਹੋਇਆ ਹੈ ਕਾਰਪੋਰੇਟ ਘਰਾਣਿਆਂ ਨਾਲ ਲੱਗਿਆ ਹੋਇਆ ਹੈ ਜੇ ਤੁਸੀਂ ਨੇ ਆਪਣੇ ਬੱਚਿਆਂ ਦਾ ਭਵਿੱਖ ਬਚਾਉਣਾ ਹੈ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਨੇ ਤਾਂ ਇਕੱਲੇ ਇਕੱਲੇ ਨੂੰ ਬਾਹਰ ਆਉਣਾ ਪੈਣਾ ਹੈ ਇਹ ਗੱਲ ਨਾ ਸੋਚਿਆ ਕਰੋ ਕਿ ਜੇ ਮੈਂ ਦਿੱਲੀ ਨਾ ਜਾਊਂਗਾ ਤਾਂ ਮੇਰੀ ਕੋਈ ਜ਼ਰੂਰਤ ਨਹੀਂ ਹੋਰ ਗਏ ਹੋਏ ਹੈ ਕਿਉਂਕਿ ਇਹ ਇਕੱਲੇ ਇਕੱਲੇ ਦੀ ਲੜਾਈ ਹੋ ਗਈ ਇਕੱਲੇ ਇਕੱਲੇ ਨੂੰ ਬਾਹਰ ਆਉਣਾ ਪੈਣਾ ਜੇ ਸਰਕਾਰਾਂ ਤੋਂ ਆ ਬਿੱਲ ਰੱਦ ਕਰਾਉਣੇ ਨੇ ਆ ਹਾੜੀ ਵਾਲੇ ਸੀਜ਼ਨ ਦੀ ਮੈਂ ਗੱਲ ਦੁਬਾਰਾ ਫੇਰ ਕਰਦੀ ਹਾਂ ਕਿਉਂਕਿ ਸਰਕਾਰਾਂ ਵੀ ਦੇਖ ਰਹੀਆਂ ਨੇ ਕਿ ਇਕੱਠ ਘਟਣੇ ਸ਼ੁਰੂ ਹੋ ਗਏ ਤਾਂ ਭੈਣੋ ਤੇ ਭਰਾਵੋ ਆ ਹਾੜੀ ਦੇ ਸੀਜ਼ਨ ਵਿੱਚ ਆਪਾਂ ਨੇ ਇਕੱਠ ਘਟਾਉਣੇ ਨਹੀਂ ਸਗੋਂ ਹੋਰ ਮਜ਼ਬੂਤ ਬਣਾਉਣੇ ਨੇ ਕਿਉਂਕਿ ਜਿਹੜੇ ਮੇਰੇ ਕਿਸਾਨ ਵੀਰ ਦਿੱਲੀ ਦੇ ਵਿੱਚ ਆਏ ਹੁੰਦੇ ਨੇ ਤਾਂ ਦੂਜਾ ਕੰਮ ਦੂਜਾ ਭਾਈ ਸਾਂਭੇ ਕਿਉਂਕਿ ਆਪਾਂ ਇਹ ਘੋਲ ਮਜ਼ਬੂਤ ਬਣਾਉਣੇ ਨੇ ਇਹ ਆਪਣੀ ਲੰਬੀ ਲੜਾਈ ਹੈ ਇਹ ਕੋਈ ਇਹ ਨਹੀਂ ਵੀ ਇੱਕ ਦੋ ਦਿਨ ਦੇ ਵਿੱਚ ਮਸਲਾ ਹੱਲ ਹੋ ਜਾਊਗਾ ਕਿਉਂਕਿ ਜਦੋਂ ਆਪਾਂ ਨੇ ਪੋਹ ਮਾਘ ਦੀਆਂ ਰਾਤਾਂ ਇੱਥੇ ਲੰਘਾ ਲਈਆਂ ਤਾਂ ਹੁਣ ਆਪਾਂ ਜੇਠ ਹਾੜ ਦੇ ਸਿਖਰ ਦੁਪਹਿਰੇ ਵੀ ਲੰਘਾ ਲਾਂਗੇ ਇੱਕ ਜਿਹੜੇ ਮੇਰੇ ਵੀਰ ਆ ਟਰਾਲੀਆਂ ਦੇ ਵਿੱਚ ਜਦੋਂ ਅਸੀਂ ਲੰਘ ਕੇ ਜਾਂਦੇ ਹਾਂ ਤਾਂ ਬਜ਼ੁਰਗ ਤਾਂ ਇੱਥੇ ਅੱਧ ਤੋਂ ਵੱਧ ਹਿੱਸਾ ਪਹੁੰਚਿਆ ਹੁੰਦਾ ਹੈ ਤਾਂ ਨੌਜਵਾਨ ਵੀਰ ਤਾਂ ਖੇਡਦੇ ਹੁੰਦੇ ਨੇ ਭਰਾਵੋ ਜਦੋਂ ਤੁਸੀਂ ਦਿੱਲੀ ਦੀਆਂ ਬਰੂਹਾਂ ਤੇ ਚੱਲ ਕੇ ਆ ਗਏ ਤਾਂ ਇਹ ਕੰਮ ਨਾ ਕਰਿਆ ਕਰੋ ਕਿਉਂਕਿ ਇੱਥੇ ਆਪਣਾ ਇਕੱਠ ਦੀ ਲੋੜ ਹੈ ਆਪਾਂ ਨੂੰ ਇਕੱਠ ਦਾ ਕੋਈ ਪਤਾ ਲੱਗਣਾ ਇਕੱਠ ਨਾਲ ਹੀ ਸਰਕਾਰਾਂ ਤੇ ਦਬਾਅ ਪਾਉਣੇ ਨੇ ਚਾਹੇ 26 ਜਨਵਰੀ ਦਾ ਇਕੱਠ ਹੋਵੇ ਚਾਹੇ ਮਹਿਲਾ ਦਿਵਸ 8 ਤਰੀਕ ਵਾਲਾ ਇਕੱਠ ਹੋਵੇ ਕਿਉਂਕਿ ਨੀਂਦ ਤਾਂ ਮੋਦੀ ਦੀ ਹਰਾਮ ਹੋਈ ਹੋਈ ਹੈ ਤਰੇੜੀਆਂ ਤਾਂ ਉਹਨੂੰ ਆਈਆਂ ਹੋਈਆਂ ਨੇ ਭਾਜੜਾਂ ਨੂੰ ਪਈਆਂ ਹੋਈਆਂ ਨੇ ਕਿਉਂਕਿ ਉਹਨੂੰ ਪਤਾ ਹੈ ਕਿ ਮਾਈ ਭਾਗੋ ਦੀਆਂ ਵਾਰਸਾਂ ਪਿੰਡਾਂ ਦੇ ਵਿੱਚੋਂ ਚੱਲ ਕੇ ਆਈਆਂ ਨੇ ਤਾਂ ਇਹ ਹੁਣ ਘਰਾਂ ਨੂੰ ਵਾਪਸ ਨਹੀਂ ਜਾਣਗੀਆਂ ਕਿਉਂਕਿ ਪਹਿਲਾਂ ਤਾਂ ਸਾਡੇ ਵੀਰ ਇਕੱਲੇ ਆਉਂਦੇ ਹੁੰਦੇ ਸੀ ਜਥੇਬੰਦੀ ਦੇ ਵਿੱਚ ਭੈਣਾਂ ਨੂੰ ਸੋਝੀ ਨਹੀਂ ਸੀ ਹੁਣ ਤਾਂ ਇਕੱਲੀ ਇਕੱਲੀ ਭੈਣ ਜਾਗੀ ਹੋਈ ਹੈ ਭੈਣਾਂ ਨੂੰ ਪਤਾ ਹੈ ਵੀ ਜੇ ਜ਼ਮੀਨ ਵਚਣੀ ਹੈ ਸਾਡਾ ਚੁੱਲ੍ਹਾ ਚੌਂਕਾ ਫੇਰ ਇਹ ਚੱਲਣਾ ਹੈ ਨਹੀਂ ਤਾਂ ਕਿਸਾਨ ਕਰਜ਼ੇ ਦੀ ਮਾਰ ਥੱਲੇ ਕਿਸਾਨ ਪਹਿਲੀ ਬਹੁਤ ਦੱਬਿਆ ਹੋਇਆ ਹੈ ਆ ਮੋਦੀ ਦੀ ਗੰਦੀ ਸਰਕਾਰ ਕਰਕੇ ਇਹਦੇ ਰੇਹਾਂ ਤੇ ਸਪਰੇਹਾਂ ਕਰਕੇ ਤਾਂ ਭਰਾਵੋ ਇਹ ਏਕੇ ਤੇ ਤਾਕਤ ਦੀ ਲੋੜ ਹੈ ਆਪਣੇ ਕੋਲ ਤਾਂ ਮੋਦੀ ਕੋਲ ਤਾਂ ਫੌਜ ਵੀ ਹੈ ਕਿਉਂਕਿ ਆਪਾਂ ਤਾਂ ਇੱਕ ਏਕੇ ਤੇ ਤਾਕਤ ਨਾਲ ਮੋਦੀ ਨੂੰ ਹਰਾਉਣਾ ਹੈ ਇੰਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਮੰਗ ਮੰਗ ਕੇ ਦੇਖ ਲਿਆ ਜੋਰ ਜਮਾ ਕੇ ਵੇਖਾਂਗੇ ਵੀ ਕੇ ਯੁਗ ਰਹਾ ਜਿੰਦਾਬਾਦ 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 ਸਾਡਾ ਮਾਮਾ ਭੈਣਾਂ ਦਾ ਇੱਕ ਜਿੰਦਾਬਾਦ 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 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।